ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਨੇ ਜਿਹੜੀ ਸਿੱਖੀ ਦਿੱਤੀ ਆ ਉਹਦੇ ਵਿੱਚ ਪਰਿਵਾਰਵਾਦ ਨਹੀਂ ਕਿਤੇ ਆਇਆ। ਪੁੱਤ ਛੱਡ ਕੇ ਪੋਤਰੇ ਨੂੰ ਵਡਿਆਈ ਦੇ ਦਿੱਤੀ, ਔਰ ਜਿਨ੍ਹਾਂ ਸਿੱਖਾਂ ਨੇ ਗੁਰੂ ਦੀ ਉਸ ਰਮਜ ਨੂੰ ਸਮਝਿਆ ਉਹਨਾਂ ਨੇ ਹਰ ਸੰਘਰਸ਼ ਦੇ ਵਿੱਚ ਇਸ ਗੱਲ ਨੂੰ ਮਹਿਸੂਸ ਕੀਤਾ, ਕਿਤੇ ਇਹ ਮੈਸੇਜ ਨਾ ਚਲਾ ਜਾਏ ਵੀ ਅਸੀਂ ਆਪਣੇ ਪਰਿਵਾਰਾਂ ਲਈ ਸਭ ਕੁਝ ਕਰ ਕਰਾ ਰਹੇ ਹਾਂ। ਮੈਂ ਤੇ ਹੈਰਾਨ ਹੁੰਦਾ ਉਸ ਉਹਨਾਂ ਵਾਕਿਆਤ ਨੂੰ ਪੜ੍ਹ ਕੇ ਵੀ ਜਦੋਂ ਮਿੱਤੂ ਥਾਣੇਦਾਰ ਭਾਈ ਗੁਰਜੰਡ ਸਿੰਘ ਦੇ ਪਿਤਾ ਨੂੰ ਲੁੱਕ ਪਾ ਕੇ ਸਾੜ ਦਿੰਦਾ ਚੌਂਕ ਦੇ ਵਿੱਚ, ਤੇ ਉਹ ਤਿੰਨ ਸਿੱਖ ਜਾ ਕੇ ਮਿਲਦੇ ਨੇ ਭਾਈ ਮਹਿੰਗਾ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਜਸਪਾਲ ਸਿੰਘ, ਉਹ ਜਾ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਇਹ ਭਾਣਾ ਵਰਤ ਗਿਆ। ਤੇ ਉਹ ਇਸੇ ਗੱਲ ਦੀ ਚਿੰਤਾ ਜ਼ਾਹਰ ਕਰਦੇ ਨੇ ਵੀ ਜੇ ਅਸੀਂ ਹੁਣ ਉਹਨੇ ਜ਼ੁਲਮ ਕੀਤਾ ਕੋਈ ਸ਼ੱਕ ਨਹੀਂ, ਪਰ ਸਾਡੀ ਸਜ਼ਾ ਦੇ ਲੋਕ ਇਹ ਅਰਥ ਨਾ ਲੈ ਦੇਣ ਵੀ ਆਪਣੇ ਪਰਿਵਾਰਾਂ ਦੇ ਬਦਲੇ ਲੈਂਦੇ ਫਿਰਦੇ ਨੇ। ਪਰ ਉਹਨਾਂ ਸਿੱਖਾਂ ਨੇ ਇਸ ਗੱਲ ਨੂੰ ਵਿਚਾਰ ਦੇ ਤੌਰ 'ਤੇ ਇੱਦਾਂ ਪ੍ਰਗਟ ਕੀਤਾ ਸੀ ਵੀ ਜੇ ਜ਼ਾਲਮ ਨੂੰ ਨੱਥ ਨਾ ਪਾਈ ਗਈ ਤਾਂ ਉਹ ਹੋਰਾਂ ਦੇ ਪਤਾ ਨਹੀਂ ਕਿੰਨਿਆਂ ਦੇ ਘਰ ਬਰਬਾਦ ਕਰੇਗਾ। ਇਹ ਉਹ ਸਮਿਆਂ ਦੀ ਵਾਰਤਾ ਹੈ ਜਦੋਂ ਬੁਲਟ ਮੋਟਰਸਾਈਕਲ ਲੰਘਦਾ ਸੀ ਤੇ ਲੋਕ ਕਹਿੰਦੇ ਸੀ ਇੱਜ਼ਤਾਂ ਦੇ ਰਾਖੇ ਜਾ ਰਹੇ ਨੇ, ਤੇ ਅੱਜ ਜਦੋਂ ਬੁਲਟ ਲੰਘਦਾ ਲੋਕ ਕਹਿੰਦੇ ਪਤਾ ਨਹੀਂ ਕਿਹੜਾ ਕੰਜਰ ਗੇੜੇ ਦਿੰਦਾ ਫਿਰਦਾ। ਬੁਲਟ ਤੇ ਉਹੀ ਹੈ ਨਾ, ਕਿਉਂਕਿ ਅੱਜ ਕਲਾਕਾਰਾਂ ਨੇ, ਅਖੌਤੀ ਕਲਾਕਾਰਾਂ ਨੇ ਤੁਹਾਡੇ ਦਿਮਾਗ 'ਚ ਪਾਇਆ ਵੀ ਬੁਲਟ ਰੱਖਿਆ ਪਟਾਕੇ ਪਾਉਣ ਨੂੰ, ਪਰ ਬੁਲਟ ਉਹੀ ਹੈ ਜਿਹਨੂੰ ਰੱਖਿਆ ਜਾਂਦਾ ਸੀ ਜ਼ਾਲਮ ਦੇ ਪਟਾਕੇ ਪਾਉਣ ਨੂੰ। ਅੱਜ ਬੁਲਟ ਦੇ ਪਟਾਕੇ ਪਾ ਕੇ ਸ਼ੇਰ ਬਣੇ ਫਿਰਦੇ, ਕਿਉਂਕਿ ਖੌਤੀ ਕਲਾਕਾਰਾਂ ਨੇ ਤੁਹਾਡੇ ਦਿਮਾਗ 'ਚ ਪਾਇਆ ਵੀ ਇਹ ਹੱਡ ਚੰਮ ਦੇ ਰੂਪ ਦੇ ਪਿੱਛੇ ਮੇਰੇ ਪਿੱਛੇ ਪੈਟਰੋਲ ਫੂਕਦਾ, ਤੇ ਇਹ ਗਾਉਣ ਵਾਲੇ ਉਦੋਂ ਜੰਮੇ ਨਹੀਂ ਸਨ ਜਦੋਂ ਮਹਾਂਪੁਰਖਾਂ ਦੀ ਤਕਰੀਰ ਹੁੰਦੀ ਸੀ ਭਾਈ ਇਹ ਸਿੱਖ ਦੇ ਕੋਲ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਸਿੱਖ ਸ਼ਸਤਰਧਾਰੀ ਹੋਣਾ ਚਾਹੀਦਾ। ਪਰ ਇਹਦੇ ਸ਼ਸਤਰ ਦੇ ਅਰਥ ਇਹ ਨਹੀਂ ਕਿ ਅਸੀਂ ਕਿਸੇ ਨੂੰ ਡਰਾਉਣਾ ਹੈ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਕਉ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਵਖਾ। ਕੌਣ ਹੈ ਜੀ ਗਿਆਨੀ? ਜਿਹੜਾ ਨਾ ਡਰ ਦਿੰਦਾ ਹੈ ਤੇ ਨਾ ਡਰ ਲੈਂਦਾ ਹੈ।